ਹੈਲੋ ਫਰੈਂਡਸ, ਆਈ ਬੀ ਐੱਸ ਕੋਚਿੰਗ ਸੈਂਟਰ ਬਠਿੰਡਾ ਮਾਨਸਾ ਦੇ ਯੂਟਿਊਬ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਸ਼ੁਰੂ ਕੀਤਾ ਹੈ ਇੰਪੋਰਟੈਂਟ ਟੋਪਿਕ ਸੀਰੀਜ਼, ਯਾਨੀ ਗੌਰਮੈਂਟ ਇਗਜ਼ਾਮਸ ਵਿੱਚ ਜੋ ਵੀ ਇੰਪੋਰਟੈਂਟ ਟੋਪਿਕਸ ਹਨ ਉਹਨਾਂ ਸਾਰਿਆਂ ਦੀ ਵੀਡੀਓ ਸੀਰੀਜ਼, ਮਤਲਬ ਸਾਰੇ ਵੀਡੀਓ ਟੋਪਿਕਸ ਇਸ ਐਪੀਸੋਡ ਵਿੱਚ ਕਰਵਾਏ ਜਾਣਗੇ। ਜੋ ਜੋ ਜ਼ਰੂਰੀ ਟੋਪਿਕਸ ਹਨ ਸਾਰੇ ਸਬਜੈਕਟਾਂ ਦੇ, ਜੋ ਕਿ ਸਰਕਾਰੀ ਪੇਪਰਾਂ ਵਿੱਚ ਜ਼ਿਆਦਾਤਰ ਪੁੱਛੇ ਜਾਂਦੇ ਹਨ, ਉਹਨਾਂ ਸਾਰਿਆਂ ਦੀ ਵੀਡੀਓਜ਼ ਬਣਾਈ ਜਾਊਗੀ। ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਬੈੱਲ ਆਈਕਨ ਪ੍ਰੈੱਸ ਕਰ ਸਕਦੇ ਹੋ ਤਾਂ ਕਿ ਨੈਕਸਟ ਵੀਡੀਓਜ਼ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਆਪਾਂ ਦੇਖਦੇ ਹਾਂ ਨੈਕਸਟ ਐਪੀਸੋਡ, ਨੈਕਸਟ ਟੋਪਿਕ ਦੇ ਬਾਰੇ। ਹੈਲੋ ਦੋਸਤੋ, ਮੇਰਾ ਨਾਮ ਹੈ ਗੁਰਪ੍ਰੀਤ ਸਿੰਘ, ਸਾਡੇ ਯੂਟਿਊਬ ਚੈਨਲ ਉੱਤੇ ਤੁਹਾਡਾ ਸਵਾਗਤ ਹੈ। ਅੱਜ ਆਪਾਂ ਇੰਡੀਅਨ ਪੋਲੀਟੀ ਦਾ ਜਿਹੜਾ ਕ੍ਰੈਸ਼ ਕੋਰਸ ਕਰਨ ਜਾ ਰਹੇ ਹਾਂ। ਇੰਡੀਅਨ ਪੋਲੀਟੀ ਦੇ ਵਿੱਚ ਇੱਕ ਮੈਂ ਸੀਰੀਜ਼ ਤਿਆਰ ਕੀਤੀ ਹੋਈ ਹੈ, ਉਹਦੇ ਵਿੱਚ ਲੈਕਚਰ ਪਹਿਲਾਂ ਅੱਜ ਆਪਾਂ ਕਰਾਂਗੇ। ਉਸ ਸੀਰੀਜ਼ ਦੇ ਵਿੱਚ ਸਿੰਪਲ ਵਨ ਲਾਈਨਰ ਕੁਐਸਚਨਸ ਨੇ ਜਿਹੜੇ ਆਪਾਂ ਐਕਸਪਲੇਨ ਕਰਾਂਗੇ ਜਲਦੀ ਤੋਂ ਜਲਦੀ, ਯਾਨੀ ਕਿ ਉਹਨੂੰ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਸਾਰੇ ਜੋ ਮੇਰਾ ਸੀਰੀਜ਼ ਸਟਾਰਟ ਕੀਤੀ, ਇਹਦੇ ਵਿੱਚ ਸਾਰੇ ਜੋ ਪੋਲੀਟੀ ਦੇ ਡਾਊਟ ਆ ਉਹ ਤੁਹਾਡੇ ਕਲੀਅਰ ਹੋਣਗੇ। ਕਾਫੀ ਡੀਪਲੀ ਨੇ ਇਹਨੂੰ, ਯਾਨੀ ਕਿ ਐਂ ਨਹੀਂ ਹੈ ਕਿ ਓਵਰਵਿਊ ਹੈ, ਕਾਫੀ ਡੀਪਲੀ ਇਹਦੇ ਵਿੱਚ ਕੁਐਸਚਨ ਹੈ ਜਿਹੜੇ ਉਹ ਪੁੱਛੇ ਗਏ ਆ ਜਾਂ ਉਹਦੇ ਵਿੱਚ ਆਪਾਂ ਐਕਸਪਲੇਨ ਕਰਾਂਗੇ। ਤਾਂ ਸਟਾਰਟ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਇੰਡੀਅਨ ਕੰਸਟੀਟਿਊਸ਼ਨ ਹੈ ਜਿਹੜਾ ਉਹਨੂੰ ਹਾਈਐਸਟ ਲਾਅ ਆਫ ਲੈਂਡ ਵੀ ਕਹਿੰਦੇ ਆ। ਲੈਂਡ ਦਾ ਮਤਲਬ ਕੰਟਰੀ, ਯਾਨੀ ਕਿ ਆਪਣੇ ਦੇਸ਼ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਲਾਅ ਹੈਗਾ ਉਹ ਕੀ ਹੈ? ਆਪਣਾ ਕੰਸਟੀਟਿਊਸ਼ਨ। ਤਾਂ ਇਸ ਕਰਕੇ ਕਹਿੰਦੇ ਇੰਡੀਅਨ ਕੰਸਟੀਟਿਊਸ਼ਨ ਕੀ ਹੈ? ਹਾਈਐਸਟ ਲਾਅ ਆਫ ਦਾ ਲੈਂਡ, ਠੀਕ ਹੈ ਜੀ। ਲੈਂਡ ਮਤਲਬ ਆਪਣੀ ਕੰਟਰੀ। ਉਦੋਂ ਬਾਅਦ ਕੀ ਹੈ ਜੀ? ਕੰਸਟੀਟਿਊਸ਼ਨ ਅਸੈਂਬਲੀ ਹੈ ਜਿਹੜੀ, ਉਹ ਕੰਸਟੀਟਿਊਸ਼ਨ ਫਰੇਮਡ ਕਰਨ ਵਾਸਤੇ ਬਣਾਈ ਗਈ ਸੀ। ਕੰਸਟੀਟਿਊਸ਼ਨ ਅਸੈਂਬਲੀ, ਉਹੀ ਜਿਹੜੀ ਕੰਸਟੀਟਿਊਸ਼ਨ ਅਸੈਂਬਲੀ ਆ ਬਾਅਦ ਦੇ ਵਿੱਚ ਜਿਹੜੀ ਹੈ ਆਪਣੀ ਪਾਰਲੀਮੈਂਟ ਬਣ ਗਈ ਸੀ, ਕੰਸਟੀਟਿਊਸ਼ਨ ਅਸੈਂਬਲੀ, ਠੀਕ ਹੈ ਜੀ। ਤਾਂ 26 ਨਵੰਬਰ 1949 ਨੂੰ ਕੰਸਟੀਟਿਊਸ਼ਨ ਜਿਹੜਾ ਹੈ ਅਡੋਪਟ ਕੀਤਾ ਗਿਆ। ਦੇਖੋ, ਅਡੋਪਟ ਕੀਤਾ ਸੀ 26 ਨਵੰਬਰ 1949 ਦੇ ਵਿੱਚ, ਪਰ 26 ਜਨਵਰੀ 1950 ਦੇ ਵਿੱਚ ਜਿਹੜਾ ਉਹਨੂੰ ਯਾਨੀ ਕਿ ਐਕਟ ਦੇ ਵਿੱਚ ਲਿਆਂਦਾ ਗਿਆ ਸੀ, ਯਾਨੀ ਕਿ ਅਪਲਾਈ ਕਰ ਦਿੱਤਾ ਗਿਆ ਸੀ ਇੰਡੀਅਨ ਸਟੇਟਸ ਦੇ ਉੱਤੇ। ਤਾਂ ਜਿਹੜਾ ਬਣ ਕੇ ਤਿਆਰ ਹੋ ਗਿਆ ਸੀ ਉਹ 26 ਨਵੰਬਰ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ। ਤਾਂ 26 ਜਨਵਰੀ 1950 ਵਾਲਾ ਦਿਨ ਹੀ ਕਿਉਂ ਇਹਨਾਂ ਨੇ, ਯਾਨੀ ਕਿ 26 ਜਨਵਰੀ ਦਾ ਦਿਨ ਹੈ ਜਿਹੜਾ ਉਹ ਕਿਉਂ ਇਹਨਾਂ ਨੇ ਯਾਨੀ ਕਿ ਡਿਕਲੇਅਰ ਕੀਤਾ ਕਿ ਇਹਨੂੰ ਜਿਹੜਾ ਲਾਗੂ ਕਰਨਾ? ਤਾਂ ਉਹ ਤਾਂ ਕੀਤਾ ਸੀ ਕਿਉਂਕਿ ਕਾਂਗਰਸ ਨੇ ਉਦੋਂ ਫੁੱਲ ਇੰਡੀਪੈਂਡੈਂਸ ਦਾ ਜਿਹੜਾ ਮਤਾ ਪਾਸ ਕੀਤਾ ਸੀ 1930 ਦੇ ਵਿੱਚ। 26 ਜਨਵਰੀ 1930 ਦੇ ਵਿੱਚ ਲਾਹੌਰ ਸੈਸ਼ਨ ਦਾ ਹੋਇਆ ਸੀਗਾ, ਤਾਂ ਉੱਥੇ ਇਹਨਾਂ ਨੇ ਮਤਾ ਪਾਸ ਕੀਤਾ ਸੀ ਫੁੱਲ ਇੰਡੀਪੈਂਡੈਂਸ ਦਾ। ਤਾਂ ਕਰਕੇ ਜਿਹੜਾ 26 ਜਨਵਰੀ 1950 ਨੂੰ ਜਿਹੜਾ ਦਿਨ ਰੱਖਿਆ ਗਿਆ, ਯਾਨੀ ਕਿ ਦੇਖੋ ਬਣ ਕੇ ਤਾਂ ਤਿਆਰ ਹੋ ਗਿਆ ਸੀ 26 ਨਵੰਬਰ 1949 ਨੂੰ, ਪਰ ਇੰਨੇ 2 ਮਹੀਨਿਆਂ ਦਾ ਗੈਪ ਕਿਉਂ ਪਾਇਆ ਗਿਆ ਕਿ ਇਸ ਦਿਨ ਨੂੰ ਯਾਦਗਾਰ ਬਣਾਉਣ ਵਾਸਤੇ ਜਿਹੜਾ 1930 ਦੇ ਵਿੱਚ ਇਹਨਾਂ ਨੇ ਯਾਨੀ ਕਿ ਪਰਫੋਰਮ ਕੀਤਾ ਸੀ। ਉਸ ਤੋਂ ਬਾਅਦ ਰਿਪਬਲਿਕ ਡੇ ਹੈ ਜਿਹੜਾ ਉਹ ਆਪਣਾ 26 ਜਨਵਰੀ ਨੂੰ ਬਣਾਇਆ ਜਾਂਦਾ, ਬਟ ਕੰਸਟੀਟਿਊਸ਼ਨਲ ਡੇ ਹੈ ਜਿਹੜਾ ਉਹ 26 ਨਵੰਬਰ ਨੂੰ ਬਣਾਇਆ ਜਾਂਦਾ। ਇਹ ਯਾਦ ਰੱਖਿਓ, ਇਹਨਾਂ ਦੋਵਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ। ਰਿਪਬਲਿਕ ਡੇ ਹੈ ਜਿੱਦਣ ਸੰਵਿਧਾਨ ਲਾਗੂ ਹੋ ਗਿਆ ਸੀ, ਉਹ ਹੈ 26 ਜਨਵਰੀ। ਕੰਸਟੀਟਿਊਸ਼ਨਲ ਡੇ ਹੈ ਜਿੱਦਣ ਸੰਵਿਧਾਨ ਬਣ ਕੇ ਕੰਪਲੀਟ ਹੋਇਆ ਸੀ, ਉਹ ਹੈ 26 ਨਵੰਬਰ, ਠੀਕ ਹੈ ਜੀ, 26 ਨਵੰਬਰ 1949। ਅਤੇ ਪਬਲਿਸ਼ਡ ਕੀਤਾ ਗਿਆ ਸੀ, ਪਹਿਲਾ ਜਿਹੜਾ ਪਬਲਿਸ਼ ਹੋਇਆ ਸੀ ਉਹ ਦੇਹਰਾਦੂਨ ਦੇ ਵਿੱਚ ਪਬਲਿਸ਼ ਹੋਇਆ ਸੀ ਆਪਣਾ ਕੰਸਟੀਟਿਊਸ਼ਨ। ਅਤੇ ਆਪਾਂ ਗੱਲ ਕਰਦੇ ਹਾਂ ਓਰੀਜਨਲ ਕੰਸਟੀਟਿਊਸ਼ਨ ਜਦੋਂ ਲਿਖਿਆ ਗਿਆ ਸੀ ਉਦੋਂ ਉਹਦੇ ਵਿੱਚ ਕੀ ਸੀ ਅਤੇ ਹੁਣ ਵਾਲੇ ਕੰਸਟੀਟਿਊਸ਼ਨ ਦੇ ਵਿੱਚ ਕੀ ਹੈ? ਜਦੋਂ ਲਿਖਿਆ ਗਿਆ ਸੀ ਉਦੋਂ 395 ਆਰਟੀਕਲ ਸੀ, ਹੁਣ 448 ਆਰਟੀਕਲ ਹੈ। ਦੇਖੋ, 448 ਆਰਟੀਕਲ ਨਹੀਂ ਹੈ ਸਪੈਸ਼ਲੀ, ਇਹ ਕੀ ਹੈ, ਸਭ ਆਰਟੀਕਲ ਬਣਾ ਦਿੱਤੇ ਗਏ ਆ, ਜਿਵੇਂ 9-9A ਬਣ ਗਿਆ, ਠੀਕ ਹੈ ਜੀ, 5-5A ਬਣ ਗਿਆ, ਤਾਂ ਉਹ ਯਾਨੀ ਕਿ ਸਭ ਆਰਟੀਕਲ ਬਣ ਗਏ, ਠੀਕ ਹੈ। ਇਸ ਕਰਕੇ ਟੋਟਲ ਜੇ ਉਹਨਾਂ ਨੂੰ ਆਪਾਂ ਸਭ ਆਰਟੀਕਲਸ ਨੂੰ ਵੀ ਗਿਣੀਏ ਤਾਂ 448 ਬਣ ਜਾਂਦੇ ਆ। ਪਾਰਟ 22 ਸੀਗੇ ਪਹਿਲਾਂ, ਹੁਣ ਪਾਰਟ 25 ਹੈ। 8 ਸ਼ਡਿਊਲ ਸੀ, ਹੁਣ 8 ਸ਼ਡਿਊਲ ਜਿਹੜੇ ਆ ਉਹ 12 ਨੇ। ਤਾਂ ਜਿਹੜੇ ਵਰਡ ਸੀ ਉਦੋਂ ਯਾਨੀ ਕਿ ਜਦੋਂ ਕੰਸਟੀਟਿਊਸ਼ਨ ਛਾਪਿਆ ਹੈਗਾ ਉਦੋਂ 80,000 ਵਰਡ ਸੀ ਜਿਹੜੇ ਟੋਟਲ ਯੂਜ਼ ਕੀਤੇ ਗਏ ਸੀ ਆਪਣੇ ਇੰਡੀਅਨ ਕੰਸਟੀਟਿਊਸ਼ਨ ਦੇ ਵਿੱਚ, ਬਟ ਹੁਣ ਉਹ ਜਿਹੜੇ ਵਰਡ ਆ ਉਹ ਲਗਭਗ ਦੁੱਗਣੇ ਹੋ ਚੁੱਕੇ ਆ। 1,70,000 ਵਰਡ ਨੇ ਜਿਹੜੇ ਉਹ ਹੁਣ ਹੋ ਚੁੱਕੇ ਆ ਆਪਣੇ ਕੰਸਟੀਟਿਊਸ਼ਨ ਦੇ ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਆ ਜਾਂਦਾ ਜਿਹੜਾ USA ਦਾ ਕੰਸਟੀਟਿਊਸ਼ਨ ਹੈ, ਇਹਦੇ ਵਿੱਚ ਆ ਜਾਂਦਾ ਜੀ ਜਿਹੜਾ USA ਦਾ ਕੰਸਟੀਟਿਊਸ਼ਨ ਹੈ ਉਹ 21 ਜੂਨ 1788 ਦੇ ਵਿੱਚ ਜਿਹੜਾ ਹੈ ਅਡੋਪਟ ਕੀਤਾ ਗਿਆ ਸੀ। ਕਿਉਂਕਿ ਜਿਹੜਾ USA ਦਾ ਕੰਸਟੀਟਿਊਸ਼ਨ ਉਹ ਵੀ ਇੱਕੋ ਇੱਕ ਕੰਸਟੀਟਿਊਸ਼ਨ ਅਤੇ ਪਹਿਲਾ ਕੰਸਟੀਟਿਊਸ਼ਨ ਹੈ ਜਿਹੜਾ ਰਿਟਨ ਫੋਰਮ ਦੇ ਵਿੱਚ ਹੈ, ਤਾਂ ਉੱਥੋਂ ਹੀ ਆਪਾਂ ਯਾਨੀ ਕਿ ਆਪਾਂ ਵੀ ਰਿਟਨ ਫੋਰਮ ਦੇ ਵਿੱਚ ਜਿਹੜਾ ਓਬਜੈਕਟਿਵ ਰੈਜੋਲਿਊਸ਼ਨ ਪਾਸ ਹੋਇਆ ਸੀ, ਜਿਹੜਾ ਕਿ ਜਵਾਹਰ ਲਾਲ ਨਹਿਰੂ ਦੁਆਰਾ ਪਾਸ ਕੀਤਾ ਗਿਆ ਸੀ, ਉਹਦੇ ਵਿੱਚ ਇਹੀ ਗੱਲ ਹੋਈ ਸੀਗੀ ਕਿ ਜਿਹੜਾ ਆਪਣਾ ਕੰਸਟੀਟਿਊਸ਼ਨ ਉਹ ਰਿਟਨ ਫੋਰਮ ਦੇ ਵਿੱਚ ਹੋਣਾ ਚਾਹੀਦਾ। ਤਾਂ USA ਤੋਂ ਆਪਾਂ ਲਿੱਤਾ ਹੈ ਕਿ ਜਿਹੜਾ ਰਿਟਨ ਫੋਰਮ 'ਚ, ਕਿਉਂਕਿ ਜਿਹੜਾ ਬ੍ਰਿਟੇਨ ਹੈ ਉਹਦਾ ਜਿਹੜਾ ਕੰਸਟੀਟਿਊਸ਼ਨ ਉਹ ਰਿਟਨ ਫੋਰਮ ਦੇ ਵਿੱਚ ਨਹੀਂ ਹੈਗਾ। ਤਾਂ USA ਤੋਂ ਲਿੱਤਾ ਆਪਾਂ, USA ਦਾ ਜਿਹੜਾ ਕੰਸਟੀਟਿਊਸ਼ਨ ਸੀ ਉਹ 21 ਜੂਨ 1788 ਦੇ ਵਿੱਚ, ਕਿੰਨੇ ਵਿੱਚ, 1788 ਦੇ ਵਿੱਚ ਯਾਨੀ ਕਿ ਬਣ ਕੇ ਤਿਆਰ ਹੋਇਆ ਸੀ। ਅਤੇ ਜਿਹੜਾ ਆਪਣਾ ਓਰੀਜਨਲ ਕੰਸਟੀਟਿਊਸ਼ਨ ਜਿਹੜਾ ਪਿਆ ਉਹ ਹੀਲੀਅਮ ਫਿਲਡ ਬਾਕਸ ਦੇ ਵਿੱਚ ਪਿਆ ਪਾਰਲੀਮੈਂਟ ਲਾਇਬ੍ਰੇਰੀ ਦੇ ਵਿੱਚ, ਜਿਹੜਾ ਕਿ ਕੋਲੀਗ੍ਰਾਫੀ ਕੀਤਾ ਗਿਆ ਸੀ, ਲਿਖਿਆ ਗਿਆ ਸੀ ਆਪਦੇ ਹੱਥ ਨਾਲ, ਕਿਹਦੇ ਦੁਆਰਾ? ਪ੍ਰੇਮ ਬਿਹਾਰੀ ਨਾਰਾਇਣ ਰਾਏਜ਼ਾਦਾ ਦੁਆਰਾ, ਠੀਕ ਹੈ ਜੀ। ਪ੍ਰੇਮ ਨਾਲ ਲਿਖਿਆ ਗਿਆ ਸੀ, ਐਂ ਯਾਦ ਕਰ ਲਿਓ ਇਹਨੂੰ, ਪ੍ਰੇਮ ਨਾਲ ਲਿਖਿਆ ਗਿਆ ਸੀ, ਬਹੁਤ ਪ੍ਰੇਮ ਨਾਲ
ਕਿਹਨਾਂ ਦੁਆਰਾ? ਬਿਹਾਰੀ ਲੋਕਾਂ ਦੁਆਰਾ। ਤਾਂ ਪ੍ਰੇਮ ਬਿਹਾਰੀ ਨਰਾਇਣ ਰਿਜਾਦਾ ਦੁਆਰਾ ਲਿਖਿਆ ਗਿਆ ਸੀ ਅਤੇ ਆਪਣੇ ਪਾਰਲੀਮੈਂਟਰੀ ਲਾਇਬ੍ਰੇਰੀ ਦੇ ਵਿੱਚ ਹੀਲੀਅਮ ਗੈਸ ਨਾਲ ਭਰ ਕੇ ਉਹਨੂੰ ਉੱਥੇ ਰੱਖਿਆ ਗਿਆ ਕਿ ਜਿਹੜੇ ਉਹਦੇ ਪੇਜ ਆ ਉਹ ਖਰਾਬ ਨਾ ਹੋਣ। ਉਸ ਤੋਂ ਬਾਅਦ ਡਰਾਫਟਿੰਗ ਕਮੇਟੀ ਦੀ ਗੱਲ ਕਰਦੇ ਹਾਂ ਤਾਂ 29 ਅਗਸਤ 1947 ਨੂੰ ਜਿਹੜੀ ਡਰਾਫਟਿੰਗ ਕਮੇਟੀ ਬਣਾਈ ਗਈ ਸੀਗੀ ਅਤੇ ਇਹਦੇ ਹੈੱਡ ਕੌਣ ਸੀ? ਡਾਕਟਰ ਬੀ ਆਰ ਅੰਬੇਦਕਰ। ਜਿਹੜਾ ਆਪਣਾ ਵੀਲ ਆਫ ਫਲੈਗ ਹੈ, ਜਿਹੜਾ ਆਪਣੇ ਤਿਰੰਗੇ ਝੰਡੇ ਦੇ ਵਿੱਚ ਜਿਹੜਾ ਫਲੈਗ ਹੈ, ਜਿਹਦੇ ਫਲੈਗ ਦੇ ਵਿੱਚ ਜਿਹੜੀਆਂ ਸਪੋਕਸ ਨੇ 24, ਉੱਥੇ ਅਸ਼ੋਕ ਚੱਕਰ ਹੈ। ਤਾਂ ਅਸ਼ੋਕ ਚੱਕਰ ਦਾ ਮੀਨਿੰਗ ਕੀ ਹੈ? ਯਾਨੀ ਕਿ ਆਪਣੇ ਜੇ ਆਪਾਂ ਗੱਲ ਕਰੀਏ ਤਾਂ ਉਹਦਾ ਮੀਨਿੰਗ ਹੈ ਟਰੁੱਥ, ਜਸਟਿਸ ਅਤੇ ਫੋਰਵਰਡਨੈਸ, ਯਾਨੀ ਕਿ ਅੱਗੇ ਨੂੰ ਵਧਣਾ। ਠੀਕ ਹੈ ਜੀ। ਅਤੇ ਉਹਦਾ ਜਿਹੜਾ ਕਲਰ ਹੈ ਉਹ ਨੇਵੀ ਬਲੂ ਕਲਰ ਹੈ। ਠੀਕ ਹੈ ਜੀ। ਉਹਦੇ ਵਿੱਚ 24 ਸਪੋਕਸ ਨੇ, ਉਹ ਤੁਸੀਂ ਯਾਦ ਰੱਖ ਲੈਣੀ ਹੈ, ਜਿਹੜਾ ਆਪਣੇ ਝੰਡੇ ਦੇ ਵਿੱਚ ਯਾਨੀ ਕਿ ਵੀਲ ਬਣਿਆ ਹੋਇਆ, ਅਸ਼ੋਕ ਚੱਕਰ ਕਹਿੰਦੇ ਆ ਉਹਨੂੰ। ਉਸ ਤੋਂ ਬਾਅਦ ਕੀ ਹੈ ਜੀ, ਫਸਟ ਮਿਨਿਸਟਰ ਆਫ ਫਾਈਨਾਂਸ ਕੌਣ ਸੀਗਾ? ਉਹ ਸੀ ਆਰ ਕੇ ਸ਼ਨਮੁਖਮ ਛੇਟੀ। ਤਾਂ ਛੇਟੀ ਸੀਗਾ ਜੀ ਪਹਿਲਾ ਆਪਣਾ ਫਾਈਨਾਂਸ ਮਿਨਿਸਟਰ, ਅਤੇ ਰੇਲਵੇ ਮਿਨਿਸਟਰ ਸੀ ਜੀ ਜੋਹਨ ਮਿਥਾਈ। ਇਹ ਵੀ ਬਹੁਤ ਇੰਪੋਰਟੈਂਟ ਸੀ, ਤਾਂ ਕਰਕੇ ਇਹਨੂੰ ਯਾਦ ਰੱਖ ਲਿਓ। ਉਸ ਤੋਂ ਬਾਅਦ 26 ਨਵੰਬਰ 1949 ਨੂੰ ਜਦੋਂ ਆਪਣਾ ਕੰਸਟੀਟਿਊਸ਼ਨ ਬਣ ਕੇ ਤਿਆਰ ਹੋਇਆ, ਉਦੋਂ ਉਹਦੇ ਵਿੱਚ ਕਿਹੜੇ ਕਿਹੜੇ ਆਰਟੀਕਲ ਸੀ ਅਤੇ ਕੀ ਸੀ? ਉਦੋਂ ਸਿਰਫ ਪ੍ਰੀਐਂਬਲ ਸੀਗਾ। ਜਿਹੜਾ ਪ੍ਰੀਐਂਬਲ ਸੀ ਉਹ ਓਬਜੈਕਟਿਵ ਰੈਜੋਲਿਊਸ਼ਨ ਥਰੂ ਜਵਾਹਰ ਲਾਲ ਨਹਿਰੂ ਨੇ ਯਾਨੀ ਕਿ ਐਡ ਕੀਤਾ ਸੀ ਪ੍ਰੀਐਂਬਲ। ਅਤੇ ਆਰਟੀਕਲ ਕਿਹੜੇ ਕਿਹੜੇ ਸੀ ਜੀ? 5 ਤੋਂ ਲੈ ਕੇ 9 ਤੱਕ ਆ ਸੀਗੇ, 60 ਨੰਬਰ, 324, 366, 379, 80, 388, 91, 92 ਅਤੇ 93। ਸਿਰਫ ਇੰਨੇ ਆਰਟੀਕਲ ਸੀ ਜਦੋਂ ਆਪਣਾ ਕੰਸਟੀਟਿਊਸ਼ਨ ਬਣ ਕੇ ਤਿਆਰ ਹੋਇਆ 26 ਨਵੰਬਰ 1949 ਨੂੰ। ਉਸ ਤੋਂ ਬਾਅਦ ਫਿਰ ਉਹਦੇ ਵਿੱਚ ਹੋਰ ਐਡ ਕੀਤੇ ਗਏ ਨੇ। ਠੀਕ ਹੈ ਜੀ। ਯਾਨੀ ਕਿ ਬਣ ਕੇ ਤਿਆਰ ਹੋਇਆ ਨਹੀਂ, ਸੋਰੀ, ਜਦੋਂ ਆਪਾਂ ਯਾਨੀ ਕਿ ਇਹਨੇ ਲਾਗੂ ਕੀਤਾ, ਸਿਰਫ ਇੰਨੇ ਆਰਟੀਕਲ ਹੀ ਪਹਿਲਾਂ ਲਾਗੂ ਕੀਤੇ ਗਏ ਸੀ, ਸਾਰਾ ਯਾਨੀ ਕਿ ਸੰਵਿਧਾਨ ਜਿਹੜਾ ਹੈ ਉਹ ਲਾਗੂ ਨਹੀਂ ਕੀਤਾ ਗਿਆ ਸੀਗਾ। ਠੀਕ ਹੈ, ਆਪਣੇ ਇੰਡੀਅਨ ਸਟੇਟ ਦੇ ਉੱਤੇ। ਉਸ ਤੋਂ ਬਾਅਦ ਗੱਲ ਕਰੀਏ, ਇੰਡੀਆ ਬਿਕਮ ਏ ਕੰਪਲੀਟ ਸਵਰੀਅਨ ਡੈਮੋਕ੍ਰੇਟਿਕ ਐਂਡ ਰਿਪਬਲਿਕ ਹੈ ਜਿਹੜਾ, ਉਹ ਕਦੋਂ ਬਣਿਆ? 26 ਨਵੰਬਰ 1949 ਦੇ ਵਿੱਚ। ਠੀਕ ਹੈ। ਤਾਂ ਇਹ ਜਿਹੜਾ ਐਡ ਕੀਤਾ ਗਿਆ। ਨੋਨ ਰਿਟਰਨ ਕੰਸਟੀਟਿਊਸ਼ਨ ਕਿਹਦਾ? ਕਿਹਦਾ? ਯੂਕੇ ਦਾ, ਨਿਊਜ਼ੀਲੈਂਡ ਅਤੇ ਇਜ਼ਰਾਇਲ ਦਾ। ਯੂਕੇ, ਨਿਊਜ਼ੀਲੈਂਡ ਅਤੇ ਇਜ਼ਰਾਇਲ ਦਾ ਜਿਹੜਾ ਕੰਸਟੀਟਿਊਸ਼ਨ ਆ ਉਹ ਰਿਟਰਨ ਫੋਰਮ ਦੇ ਵਿੱਚ ਨਹੀਂ ਹੈਗਾ। ਉਸ ਤੋਂ ਬਾਅਦ ਯੂਨੀਟਰੀ ਗੌਰਮੈਂਟ ਦੀ ਜੇ ਗੱਲ ਕਰੀਏ ਤਾਂ ਆਲ ਪਾਵਰ ਸੈਂਟਰ ਦੇ ਕੋਲ ਹੁੰਦੇ ਆ, ਉਹਨੂੰ ਕਹਿੰਦੇ ਨੇ ਯੂਨੀਟਰੀ ਗੌਰਮੈਂਟ। ਅਤੇ ਫੈਡਰਲ ਸਿਸਟਮ ਕੀ ਹੁੰਦਾ? ਜਿਹਦੇ ਵਿੱਚ ਜਿਹੜੀਆਂ ਪਾਵਰਸ ਨੇ ਉਹ ਸੈਂਟਰ ਕੋਲ ਵੀ ਹੁੰਦੀ ਹੈ ਅਤੇ ਸਟੇਟ ਕੋਲ ਵੀ ਇਕੁਅਲ ਪਾਵਰਸ ਹੁੰਦੀਆਂ। ਤਾਂ ਜਿਹੜਾ ਫੈਡਰਲ ਸਿਸਟਮ ਉਹਦੇ ਵਿੱਚ ਕੀ ਹੁੰਦਾ? ਬਾਈਕੈਮਰਲ ਸਿਸਟਮ ਹੁੰਦਾ, ਯਾਨੀ ਕਿ ਲੋਕ ਸਭਾ, ਰਾਜ ਸਭਾ, ਜਾਂ ਆਪਾਂ ਐਂ ਕਹਿ ਲਈਏ। ਠੀਕ ਹੈ। ਤਾਂ ਬਾਈਕੈਮਰਲ ਸਿਸਟਮ ਹੁੰਦਾ ਯਾਨੀ ਕਿ ਲੋਅਰ ਹਾਊਸ ਅਤੇ ਅਪਰ ਹਾਊਸ। ਜਿਹੜਾ ਪਾਵਰ ਉਹ ਸੈਂਟਰ ਅਤੇ ਸਟੇਟ ਦੋਨਾਂ ਕੋਲ ਹੁੰਦੀਆਂ। ਡਿਵੀਜ਼ਨ ਆਫ ਪਾਵਰ ਹੁੰਦੀ ਹੈ, ਇੰਡੀਪੈਂਡੈਂਟ ਜੁਡੀਸ਼ਰੀ ਹੁੰਦੀ ਹੈ। ਇਹ ਸਾਰੀਆਂ ਜਿਹੜੀਆਂ ਐਗਜ਼ਾਮਪਲਸ ਨੇ ਫੈਡਰਲ ਸਿਸਟਮ ਦੀਆਂ ਨੇ। ਤਾਂ ਜਿਹੜਾ USA ਹੈ ਉਹ ਇੱਕ ਪਰਫੈਕਟ ਫੈਡਰਲ ਸਿਸਟਮ ਹੈ, ਪਰਫੈਕਟ ਫੈਡਰੇਸ਼ਨ ਆ ਉਹ USA। ਅਤੇ ਜਿਹੜਾ ਬ੍ਰਿਟੇਨ ਹੈ ਉਹ ਯੂਨੀਟਰੀ ਹੈ। ਠੀਕ ਹੈ ਜੀ। ਅਤੇ ਆਪਣਾ ਇੰਡੀਆ ਜਿਹੜਾ ਉਹ ਕੁਆਜ਼ੀ ਫੈਡਰਲ ਹੈ। ਤਾਂ ਸੀਰੀਅਸ ਥ੍ਰੈਟ ਕੀ ਹੈ? ਜਿਹੜਾ ਫੈਡਰਲ ਸਿਸਟਮ ਆ ਉਹਦਾ ਸਭ ਤੋਂ ਵੱਡਾ ਨੁਕਸਾਨ ਕੀ ਹੈ ਕਿ ਜਿਹੜਾ ਥ੍ਰੈਟ ਆਫ ਦਾ ਸੈਪਰੇਸ਼ਨ, ਕਿ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਸਟੇਟ ਅਤੇ ਸੈਂਟਰ ਉਹਦੇ ਕੋਲ ਇਕੁਅਲ ਪਾਵਰ ਹੁੰਦੀ ਹੈ, ਇਸ ਕਰਕੇ ਉਹ ਸਟੇਟ ਵਾਲੇ ਕੀ ਹੈ ਅਲੱਗ ਹੋ ਸਕਦੇ ਆ ਰੈਫਰੈਂਡਮ ਕਰਕੇ। ਤਾਂ ਇਹ ਸਭ ਤੋਂ ਵੱਡਾ ਜਿਹੜਾ ਥ੍ਰੈਟ ਹੈ ਇਹਦਾ ਨੁਕਸਾਨ ਆ। ਤਾਂ ਡਿਊਲ ਸਿਟੀਜ਼ਨਸ਼ਿਪ ਹੈ ਉਹ ਵੀ ਇਹਦਾ ਨੁਕਸਾਨ ਹੈ। ਠੀਕ ਹੈ। ਡਿਊਲ ਸਿਟੀਜ਼ਨਸ਼ਿਪ USA ਅਤੇ ਸਵਿਟਜ਼ਰਲੈਂਡ ਦੇ ਵਿੱਚ ਇਸੇ ਤਰ੍ਹਾਂ ਹੀ ਆ ਡਿਊਲ ਸਿਟੀਜ਼ਨਸ਼ਿਪ। ਉਸ ਤੋਂ ਬਾਅਦ ਆ ਜਾਂਦਾ ਯੂਨੀਟਰੀ ਸਿਸਟਮ ਦੇ ਵਿੱਚ ਕੀ ਹੁੰਦਾ? ਯੂਨੀਟਰੀ ਸਿਸਟਮ ਵੀ ਨੁਕਸਾਨਦਾਇਕ ਹੈ ਕਿਉਂਕਿ ਉਹਦੇ ਵਿੱਚ ਕੀ ਹੁੰਦਾ? ਸਟਰੋਂਗ ਜਿਹੜਾ ਸੈਂਟਰ ਹੁੰਦਾ ਉਹ ਬਹੁਤ ਜ਼ਿਆਦਾ ਸਟਰੋਂਗ ਹੁੰਦਾ ਅਤੇ ਜਿਹੜਾ ਸਟੇਟ ਹੁੰਦਾ ਉਹ ਬਹੁਤ ਜ਼ਿਆਦਾ ਵੀਕ ਹੁੰਦਾ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ Article 1 ਦੀ। Article 1 ਦੇ ਵਿੱਚ ਕੀ ਹੈ? ਇੰਡੀਆ ਦੈਟ ਇਜ਼ ਭਾਰਤ ਯੂਨੀਅਨ ਆਫ ਸਟੇਟਸ, ਇੰਨਾ ਹੀ ਲਿਖਿਆ ਗਿਆ Article 1 ਦੇ ਵਿੱਚ। ਉਸ ਤੋਂ ਬਾਅਦ ਫੀਚਰ ਆਫ ਇੰਡੀਅਨ ਕੰਸਟੀਟਿਊਸ਼ਨ ਕੀ ਨੇ? ਇੱਕ ਤਾਂ ਪਾਰਲੀਮੈਂਟਰੀ ਫਾਰਮ ਆਫ ਗੌਰਮੈਂਟ ਹੈ ਇੰਡੀਆ ਦੇ ਵਿੱਚ, ਯਾਨੀ ਕਿ ਜਿਹੜੀ ਇੰਡੀਅਨ ਗੌਰਮੈਂਟ ਉਹ ਪਾਰਲੀਮੈਂਟ ਫਾਰਮ ਦੇ ਵਿੱਚ ਹੈ। ਉਸ ਤੋਂ ਬਾਅਦ ਕੀ ਹੈ? ਇੰਡੀਪੈਂਡੈਂਸ ਆਫ ਜੁਡੀਸ਼ਰੀ ਹੈ। ਜਿਹੜੀ ਸੁਪਰੀਮ ਕੋਰਟ ਆ ਉਹ ਇੰਡੀਪੈਂਡੈਂਟ ਹੈ ਪਾਰਲੀਮੈਂਟ ਸਿਸਟਮ ਤੋਂ, ਯਾਨੀ ਕਿ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨਾਂ ਦਾ ਕੋਈ ਕੰਟਰੋਲ ਨਹੀਂ, ਪਾਰਲੀਮੈਂਟ ਦਾ ਕੋਈ ਕੰਟਰੋਲ ਨਹੀਂ ਹੈਗਾ ਜੁਡੀਸ਼ੀਅਲ ਸਿਸਟਮ ਦੇ ਉੱਤੇ। ਅਤੇ ਫੈਡਰਲ ਗੌਰਮੈਂਟ ਹੈ। ਠੀਕ ਹੈ ਜੀ। ਯਾਨੀ ਕਿ ਸੈਂਟਰ ਦੇ ਵਿੱਚ ਗੌਰਮੈਂਟ ਅੱਡ ਬਣਦੀ ਹੈ ਅਤੇ ਸਟੇਟ ਦੇ ਵਿੱਚ ਗੌਰਮੈਂਟ ਅੱਡ ਬਣਦੀ ਹੈ। ਉਸ ਤੋਂ ਬਾਅਦ ਕੁਆਜ਼ੀ ਫੈਡਰਲ ਕੀ ਚੀਜ਼ ਹੈ? ਤਾਂ ਨੋਟ ਕੰਪਲੀਟ ਫੈਡਰੇਸ਼ਨ ਨੋਰ ਯੂਨੀਟਰੀ। ਜਿਹੜਾ ਆਪਣਾ ਇੰਡੀਆ ਉਹ ਨਾ ਤਾਂ ਕੰਪਲੀਟ ਫੈਡਰਲ ਹੈ ਅਤੇ ਨਾ ਹੀ ਕੰਪਲੀਟ ਯੂਨੀਟਰੀ ਹੈ। ਠੀਕ ਹੈ। ਅਤੇ ਕੁਆਜ਼ੀ ਫੈਡਰਲ ਹੈ, ਯਾਨੀ ਕਿ ਇਹਦੇ ਵਿੱਚ ਸੈਂਟਰ ਸਟੇਟ ਦੀਆਂ ਅਲੱਗ ਅਲੱਗ ਪਾਵਰਸ ਵੀ ਹੈ, ਬਟ ਜਿਹੜਾ ਸੈਂਟਰ ਹੈ ਉਹ ਬਹੁਤ ਜ਼ਿਆਦਾ ਮਜ਼ਬੂਤ ਨਹੀਂ ਹੈਗਾ। ਠੀਕ ਹੈ। ਦੋਨੇ ਚੀਜ਼ਾਂ ਹੀ ਹੈ ਅਤੇ ਇੰਨਾ ਫੈਡਰਲ ਵੀ ਨਹੀਂ ਹੈਗਾ ਕਿ ਕੋਈ ਸਟੇਟ ਇਹ ਤੋਂ ਅਲੱਗ ਹੋ ਜਾਵੇ। ਤਾਂ SR ਬੁਮਾਈ ਕੇਸ ਅਸੀਂ ਹੋਇਆ ਸੀਗਾ 1994 ਦੇ ਵਿੱਚ, ਤਾਂ ਇਹਦੇ ਵਿੱਚ ਕੀ ਹੋਇਆ ਸੀ? ਵਿਚ ਵਾਜ਼ ਰਿਲੇਟਡ ਟੂ ਮਿਸਯੂਜ਼ ਆਫ ਆਰਟੀਕਲ 356 ਵਾਲਾ ਆਰਟੀਕਲ ਜਿਹੜਾ ਹੈ ਉਹ ਆਰਟੀਕਲ ਆਫ ਦਾ ਯਾਨੀ ਕਿ ਐਮਰਜੈਂਸੀ ਹੈ। ਤਾਂ ਉਹਦਾ ਯਾਨੀ ਕਿ ਮਿਸਯੂਜ਼ ਨਾ ਹੋਵੇ, ਇਸ ਕਰਕੇ SR ਬੋਮਾਈ ਕੇਸ ਹੈ ਜਿਹੜਾ 1994 ਦੇ ਵਿੱਚ ਇਹ ਸੁਪਰੀਮ ਕੋਰਟ ਦੇ ਵਿੱਚ ਆਇਆ ਸੀ। ਇਹਦੇ ਵਿੱਚ ਸੈਕੂਲਰਿਜ਼ਮ ਅਤੇ ਫੈਡਰਲਿਜ਼ਮ ਦੇ ਉੱਤੇ ਯਾਨੀ ਕਿ ਜ਼ੋਰ ਦਿੱਤਾ ਗਿਆ ਸੀ ਜ਼ਿਆਦਾ। ਠੀਕ ਹੈ ਜੀ। ਪਤਾ ਲੱਗ ਗਿਆ।
ਉਮੀਦ ਹੈ ਕਿ ਤੁਹਾਡੇ ਲਈ ਇਹ ਟੌਪਿਕ ਬੈਨੀਫਿਸ਼ੀਅਲ ਰਹੂਗਾ। ਜੇ ਤੁਸੀਂ ਇਸ ਟੌਪਿਕ ਨੂੰ ਨੋਟ ਨਹੀਂ ਕਰ ਪਾਏ ਤਾਂ ਤੁਸੀਂ ਪਲੀਜ਼ ਨਾਲ ਨਾਲ ਇਹਨਾਂ ਦੇ ਨੋਟਸ ਬਣਾਉਂਦੇ ਰਹੋ ਅਤੇ ਸਾਡੇ ਨਾਲ ਜੁੜੇ ਰਹੋ। ਨੈਕਸਟ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਪ੍ਰੈੱਸ ਕਰੋ। ਥੈਂਕ ਯੂ।